ਚਲੋ ਯਾਰ ਮੈਚ ਪਾਉਣਾ ਪੂਣਾ ਤੇ ਕਾਹਦਾ ਮੈਚ ਬੰਦੇ ਹੀ ਲੱਭ ਲੱਭਣ ਨੇ ਬੰਦੇ ਦੇਖਦੇ ਆ ਕੋ ਹੋ ਰਿਹਾ ਉਹ ਕਿੰਨੇ ਵਜੇ ਦਾ ਪਾਲਿਆ ਜੀ ਮੈਚ ਉਹ ਮੈਚ ਤੇ 9 ਵਜੇ ਦਾ ਪਾਲਿਆ ਯਾਰ ਬੰਦਾ ਕੋਈ ਲੱਭਣ ਨਹੀਂ ਡਿਆ ਤੇ ਚਿੱਟਾ ਕਿੱਥੇ ਗਿਆ ਉਹ ਚਿੱਟੇ ਨੇ ਵਿਆਹ ਜਾਣਾ ਹੀ ਆਂਦਾ ਵੀ ਮੈਂ ਜਿਮ ਸਟਾਰਟ ਕੀਤਾ ਪ੍ਰੋਟੀਨ ਪੂਰਾ ਕਰਨਾ ਵਾ ਤੇ ਉਹ ਤੇ ਮਾਮਾ ਵਿਆਹ ਚਲ ਗਿਆ ਸੀ ਤੇ ਬੰਦਾ ਬੁੰਦਾ ਕੋਈ ਹੁਣ ਹੈ ਨਹੀਂ ਉਹ ਤੇ ਮਾਰਦੇ ਆ ਤਰਲਾ ਚੱਲ ਆ ਜਾ ਚਲੋ ਆ ਜਾਓ ਕਿਤੇ ਲੱਭਦੇ ਆ ਕੋਈ ਨਾ ਕੋਈ ਇਹ ਲੱਗਦਾ ਮੈਚ ਪਾਉਣ ਚੱਲੇ ਆ ਉਹ ਜਸੂਸ ਵਿਜੇ ਫਿਰਦਾ ਹੀ ਇਹਨੂੰ ਨਾ ਪਤਾ ਲੱਗ ਜੇ ਉਹ ਕਿੱਟ ਇੱਧਰ ਲੈ ਆ बड़े यार बंदे बुंदे लभन डे आलू वाले हुण कोई काम धंधे होणगे फिर पालांगे हैना कोई चक्कर नहीं है मैच पिंदे रहणे यार मंगलजीत की गल बुआ खड़काई जाने आंटी मंगा है ਮੰਗਾ ਹੈ ਨਹੀਂ ਘਰ ਉਹ ਪਿਓ ਦੇ ਨੂੰ ਕੰਮ ਕਰ ਲਿਆ ਉਹ ਵਿਹਲਾ ਤੁਹਾਡੇ ਨੂੰ ਆ ਚੱਕੀਆਂ ਥਾਬੇ ਮੋਢੇ ਤੁਸੀਂ ਮੰਗਿਆ ਹੈਗਾ ਕੋਈ ਕੰਮ ਨਹੀਂ ਤੁਹਾਨੂੰ ਵਿਹਲਿਆਂ ਜਾਂ ਨਿਕਲ ਜੇ ਉੱਥੇ ਜੇ ਮੁੜ ਆਏ ਨਾ ਮੰਗੇ ਨੂੰ ਲੱਭਣ ਇੱਥੇ ਤੇ ਇਹੋ ਥਾਪੀਆਂ ਤੁਹਾਡੇ ਮੈਂ ਗਿੱਟੇ ਛਾਕ ਦੇਣਾ ਤੁਹਾਡੇ ਆਂਟੀ ਜੀ ਜਾਪਤੇ 'ਚ ਰਹਿ ਕੇ ਗੱਲ ਕਰੋ ਇੰਨੀ ਹਿੰਸਕ ਗੱਲਾਂ ਨਾ ਕਰੋ ਅਸੀਂ ਚੱਲ ਜਾਂਦੇ ਹਾਂ ਨਿਕਲ ਜਾਓ ਫਿਰ ਤਿੱਤਰ ਹੋ ਜਾਓ ਉਹ ਪਊ ਤੁਹਾਡੀ ਤੇ ਕੋਈ ਇੱਜ਼ਤ ਨਹੀਂ ਮੇਰੀ ਐਵੇਂ ਥਾਂ ਥਾਂ ਤੇ ਬੇਇੱਜ਼ਤੀ ਕਰਾਉਂਦੇ ਫਿਰਦੇ ਯਾਰ ਐਡਾ ਤੂੰ ਅੰਨਾ ਹਜ਼ਾਰੇ ਉਹ ਤੇਰੇ ਕਰਕੇ ਆਂਟੀ ਕਰੋਧ ਚ ਆਈ ਆ ਸਾਨੂੰ ਤਾਂ ਨੇ ਕਈ ਵਾਰ ਸਕੰਜਵੀ ਪੁੱਛੀ ਆਹੋ ਰੂਹ ਅਫਜਾ ਨਹੀਂ ਘੋਲ ਕੇ ਬੈਠੀ ਤੁਹਾਡੇ ਯਾਰ ਹੁਣ ਤਾਂ ਮੰਗਾ ਵੀ ਨਹੀਂ ਹੈਗਾ ਕੀ ਕਰੀਏ ਉਹ ਹੈਗਾ ਠੱਗ ਜਿਹਾ ਅੰਦਰੇ ਹੀ ਆ ਉਹਨੇ ਆਉਣਾ ਨਹੀਂ ਉਦਾਂ ਉਹਨੇ ਆਉਣਾ ਜਦੋਂ ਮੈਚ ਸਟਾਰਟ ਹੋ ਗਿਆ ਵੀ ਕਿਤੇ ਗੇਂਦ 'ਚ ਪੈਸੇ ਨਾ ਪਾਉਣੇ ਪੈ ਜਾਣ ਹੱਦਾ ਯਾਰ ਉਹ ਮੈਨੂੰ ਲੱਗਦਾ ਪਤਾ ਕੀ ਆ ਉਹ ਢੀਂਡਾ ਕਲੱਬ ਦੇ ਮੈਂਬਰ ਨੂੰ ਕਹਿਣਾ ਪੈਣਾ ਫਿਰ ਤਾਂ ਬਈ ਹਾਰ ਹਾਰ ਪੱਕੀ ਆਪਣੀ ਹਾਰ ਦੇ ਵੱਟ ਦੇ ਉਸਤਾਦ ਯਾਰ ਪਰ ਹੁਣ ਬੰਦਾ ਕੋਈ ਹੈ ਨਹੀਂ ਉਹਨੂੰ ਓਵਰ ਓਵਰ ਨਾ ਦਵਾਂਗੇ ਚਲ ਬੋਲਿੰਗ ਨਾ ਦਵਾਂਗੇ ਹੋਰ ਕੀ ਆ ਚਲ ਦੇਖ ਲਓ ਉਹ ਉਹ ਫਿਰ ਆਲੂ ਵਾਲਾ ਤਾਂ ਕੋਈ ਬੰਦਾ ਮਿਲਿਆ ਨਹੀਂ ਉਹ ਤਾਂ ਹੀ ਰਸੂਲਪੁਰ ਨਾਲ ਮੈਚ ਹੀ ਰੱਖ ਲਿਆ ਜੀ ਅੱਛਾ ਇਹ ਅਜੇ ਵੀ ਖੇਡਦਾ ਲੈ ਬੜਾ ਪੁਰਾਣਾ ਪਾਪੀ ਉਹ ਇਹਨੇ ਤੇ ਹਾਰੇ ਮੈਚ ਜਿਤਾਏ ਹਾਰੇ ਹੈ ਔਰ ਦੂਜੀ ਟੀਮ ਨੂੰ ਉਹ ਕੀ ਕਿਹਾ ਮੈਂ ਦੂਜੀ ਟੀਮ ਨੂੰ ਪੁੱਛਿਆ ਸੀ ਵੀ ਵਾਈਟ ਬਾਲ ਲਿਆਉਣੀ ਕਿ ਰੈੱਡ ਉਹ ਲਾਲ ਗੇਂਦ ਲਿਆਉਣੀ ਲਾਲ ਰੈੱਡ ਹੌਰਸ ਜਦੋਂ ਮੈਂ ਕਰਾਈ ਨਾ ਫੜ ਕੇ ਗੁਗਲੀ ਸੀਨ ਤੋਂ ਘੁਮਾਈ ਫੜ ਕੇ ਤਿੰਨੇ ਵਿਕਟਾਂ ਫਿਨਿਸ਼ ਆ ਤਾਂ ਕਦੀ ਨਾ ਪੂਰਾ ਵਾਲਾ ਸੁਪਨਾ ਜੀ ਉਹ ਕੀ ਕਿਹਾ ਨਾ ਗਰਾਊਂਡ ਆਪਣਾ ਹੀ ਉੱਥੇ ਪਹੁੰਚ ਜੀ ਪਹੁੰਚ ਗਏ ਰੇ ਪਹੁੰਚ ਗਏ ਆਪਾਂ ਵੇ ਗੱਲ ਸੁਣ ਮੇਰੀ ਮੈਚ ਆਪਾਂ ਲਿਆ ਜੀ ਜਿੱਤ ਹੁਣ ਪਤਾ ਕੀ ਆ 27 ਰਨ ਚਾਹੀਦੇ ਆ ਤੇ ਇੱਕ ਓਵਰ ਆ ਪਰ ਮੇਨ ਗੱਲ ਆ ਵੀ ਆਪਣੇ ਬੰਦਿਆਂ ਦਾ ਓਵਰ ਖਤਮ ਹੋ ਗਏ ਆ ਹੁਣ ਕੀ ਕਰੀਏ ਇਹਨੂੰ ਦੇ ਕੇ ਵੇਖ ਲਈਏ ਦੇ ਦੇ ਜੀ ਆ ਤੁਹਾਡੀ ਯਕੀਨ ਤੇ ਹੈ ਨਹੀਂ ਯਾਰ ਮੈਨੂੰ ਯਕੀਨ ਤਾਂ ਮੈਨੂੰ ਨਹੀਂ ਆ ਪਰ ਹੁਣ ਵੇਖ ਲੈਨੇ ਪਤਾ ਕਰ ਟਰਾਈ ਕਰ ਲਓ ਭਾਈ ਪ੍ਰਧਾਨ ਸੁਨਹਿਰੀ ਮੌਕਾ ਹੀ ਤੇਰੇ ਕੋ ਆਪਣੇ ਪਿਛਲੇ ਸਾਰੇ ਧੋਣੇ ਧੋਦੇ ਆ 27 ਰਨ ਯਾਰ ਬਣ ਨਹੀਂ ਸਕਦੇ ਕਦੀ ਤੇ ਬੰਦੇ ਵੀ ਇੱਕ ਰਹਿ ਗਿਆ ਪਿੱਛੇ ਤੂੰ ਵਿਕਟ ਦੀ ਵੀ ਛੱਡ ਦੂੰ ਬਾਲਾਂ ਇੱਧਰ ਉੱਧਰ ਕੱਢ ਦੇ ਤੇ ਯਾਰ ਮੈਚ ਜਿਤਾ ਦੇ ਅੱਜ ਤੇਰੇ ਤੇ ਆਸਾਂ ਹੀ ਉਹ ਪਰਿਵਾਰ ਆ ਕਰੋ ਤੁਸੀਂ ਕਿਸੇ ਗੱਲ ਦੀ ਮੰਗੇ ਨੂੰ ਕਹਿ ਵੀ ਠੰਡੇ ਮੰਗਾ ਅਤੇ ਫਿਲਟਰ ਸਾਰੇ ਲਾਗੇ ਲਾਗੇ ਲਾ ਦਿਓ ਚੱਕ ਦੇਵਾਂਗੇ ਕੰਮ ਨੂੰ ਉਹ ਤੂੰ ਵਾਈਡਾਂ ਨਾ ਜਿਤਾ ਦੇਣਾ ਤੂੰ ਪਤਾ ਕੀ ਕਰ ਬੈਟਸਮੈਨ ਦੇ ਗੁਰਦੇ 'ਤੇ ਨਜ਼ਰ ਰੱਖ ਬਸ ਉੱਤੇ ਅਟੈਕ ਕਰ ਹੋਰ ਕੁਛ ਨਾ ਵੇਖ ਤੂੰ ਬਸ ਇੱਥੇ ਰੱਖ ਤੂੰ ਵਿਕਟ ਵਕਟ ਭੁੱਲ ਜਾ ਠੀਕ ਹੈ ਤੂੰ ਬੇਫਿਕਰ ਹੋਇਆ ਯਾਰ ਗੇਂਦ ਫੜਾ ਰਹੇ ਗਿਆ ਸਮਝ ਲਓ ਨਾ ਗਿਆ ਮੈਟਰ ਉਹ ਭਰਾਵਾ ਮੇਰੇ ਗੁਰਦੇ 'ਤੇ ਥੋੜ੍ਹਾ ਅਟੈਕ ਕਰਨਾ ਤੈਨੂੰ ਮੈਂ ਕਿਹਾ ਬੈਟਸਮੈਨ 'ਤੇ ਕਰ
ਉਹ ਯਾਰ ਉਹ ਸਲਿੱਪ ਜੀ ਹੋ ਜਾਂਦੀ ਯਾਰ ਤਿਲਕਣ ਕੋਈ ਪਤਾ ਨਹੀਂ ਕੀ ਡੋਲਿਆ ਤਿਲਕਣ ਉੱਥੇ ਦਹੀਂ ਡੁੱਲਾ ਵਾ ਬਾਲ ਨੂੰ ਥੋੜਾ ਜਿਹਾ ਰਗੜ ਲਾ ਯਾਰ ਮਾੜੀ ਜੀ ਕੱਟ ਦੋ ਸਾਨੂੰ ਕਰ ਦੋ ਮਾੜੀ ਜੀ ਕੱਟ ਨੂੰ ਮਾਮਾ ਹੁਣ ਇੱਥੇ ਕੀ ਕਰਦੀ ਇਹਨੂੰ ਮਾੜਾ ਛਿੱਲ ਦੋ ਇਹਨੂੰ ਉਹ ਛਿੱਲ ਦੋ ਮਾਮਾ ਅੰਪਾਇਰ ਨੇ ਵੇਖ ਲੈਣਾ ਤਾਂ ਉਹਨੇ ਮੁੜ ਕੇ ਉਦਾਂ ਕੱਢ ਦੇਣਾ ਸਾਨੂੰ ਬਾਹਰ ਉਹਨੇ ਕੀ ਕਹਿਣਾ ਉੱਡਦੇ ਪੰਛੀ ਦੀ ਪੂੜੀ ਦੇਣੀ ਉਹਨੇ ਮੰਨ ਜਾਣਾ ਕਰਦੇ ਹਾਂ ਗੱਲ ਉਹਨਾਂ ਕੀ ਗੱਲ ਗੱਲ ਸੁਣਿਓ ਗੱਲ ਕੀ ਆ ਗੇਂਦ ਛਿੱਲੀ ਨਹੀਂ ਥੋੜ੍ਹੀ ਜੀ ਕਿਉਂ 50 ਰੁਪਏ ਦੇਵਾਂਗੇ ਹਾਂ 50 ਰੁਪਏ 100 ਹੈਗਾ ਖੇਤੀ ਕਰ ਖੇਤੀ ਕਰ ਜਾਓ ਛੇਤੀ ਆਇਓ ਹੁਣ ਛਿੱਲੀ ਤੇ ਮੋੜ ਦੀ ਮੁੱਲ ਛਿੱਲਦੇ ਛਿੱਲਦੇ ਲਾਹ ਦੇ ਮੜੀ ਇਹਨੂੰ ਇੱਟਾ ਹੈਗਾ ਇੱਟਾ ਇੱਟੇ ਤੇ ਰਗੜ ਵੀ ਲਿਆ ਆਪਣਾ ਹੋਰ ਇੱਟਾ ਜਾਂ ਬਲੇਡ ਬਲੂਡ ਲਿਆ ਕੇ ਨਾ ਰਗੜਦੇ ਹੱਥ ਨਾਲ ਨੋ ਨਹੀਂ ਹੈਗਾ ਨੋ ਆਣਾ ਨਹੀਂ ਨਾ ਗੱਲ ਬਣਨੀ ਜੇ 100 ਦਿੱਤਾ ਮਾਮਾ ਕੁਛ ਕਰੀਏ ਸਹੀ ਇਹਦਾ ਹੁਣ ਜੇ ਇਹਦੇ ਤੇ ਵੀ ਕੁਛ ਖਾ ਲਿਆ ਨਾ ਤੂੰ ਛੱਕਾ ਛੁੱਕਾ ਬੇ ਫਿਕਰ ਹੋਇਆ ਨੇਰ ਪਾ ਦੇਣਾ ਪਾਉਣ ਇਹਨੂੰ ਜਦੋਂ ਆਊਗੀ ਤੇਰਾ ਛਿੱਲ ਦੀ ਉਹ ਭਰਾਵਾ ਤੂੰ ਫੇਰ ਛਿੱਕੇ ਖਾਈ ਜਾਂਦਾ ਵਾ ਉਹ ਯਾਰ ਇੱਕ ਮਿੰਟ ਮੈਨੂੰ ਲੀਕ ਲੱਭ ਰਹੇ ਆਖੀ ਉਹਨੂੰ ਕਿਹਾ ਛਿੱਕਾ ਮਾਰ ਕੇ ਵਿਖਾਵੇ ਇੱਕ ਮਿੰਟ ਚਾਹੀਦਾ ਬਸ ਮੈਨੂੰ ਹੁਣ ਤੈਨੂੰ ਲੀਕ ਨਹੀਂ ਲੱਭਣ ਡਈ ਉੱਧਰ ਸਾਨੂੰ ਗੇਂਦ ਨਹੀਂ ਲੱਭਣ ਡਈ ਉਹ ਗੱਲ ਤੈਨੂੰ ਵੀ ਓਵਰ ਕਾਹਦਾ ਦੇਤਾ ਗਿਆ ਹੀ 100 ਛਿੱਲੀ ਬਾਲ ਦੇ ਹੀ ਖਾ ਲਿਆ ਜੀ ਨਾਲੇ 'ਚ ਚਲ ਗਈ ਹੁਣ ਕਰਾਤਾ ਕੰਮ ਉਹ ਭਰਾਵਾ ਤੂੰ ਸਾਡੇ ਪਿੰਡ ਜੰਮਣਾ ਹੈ ਤੇ ਤੂੰ ਕ੍ਰਿਕਟ ਹੀ ਖੇਡਣੀ ਸੀ ਉਹ ਕਿਤੇ ਕਬੱਡੀ ਕਬੱਡੀ ਖੇਡਦਾ ਤੈਨੂੰ 4 ਚਪੇੜਾਂ ਵੱਜਦੀਆਂ ਤੇ ਅਗਲੇ ਦਿਨ ਪੀੜ ਹੁੰਦੀ ਤੇ ਨਾ ਜਾਂਦਾ ਇੱਥੇ ਤੈਨੂੰ ਛੱਕੇ ਖਾ ਕੇ ਕੀ ਪੀੜ ਹੋਣੀ ਹੈ ਛੱਕੇ ਤੂੰ ਖਾਣ ਡਿਆ ਕਲੇਜਾ ਸਾਡਾ ਬਾਹਰ ਆਉਣ ਡਿਆ ਭਰਾਵਾ ਤੈਨੂੰ ਤੇ ਵੀ ਨਹੀਂ ਕਹਿ ਸਕਦੇ ਵੀ ਛਿੱਕੇ ਨਾ ਖਾ ਮਿੰਨਤ ਵਾਲੀ ਗੱਲ ਹੀ ਭਰਾਵਾ ਛਿੱਕੇ ਥੋੜ੍ਹੇ ਛੋਟੇ ਖਾ ਲਾ ਉਹ ਪੈਣਾ ਬੜਾ ਪੈਣ ਡਿਆ ਜੀ ਅਸੀਂ ਸੱਚੀ ਜਾ ਕੇ ਆਲੂ ਪੁੱਟਣੇ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਹੁਣੇ ਕ੍ਰਿਕਟ ਵਾਲੀ ਵੀਡੀਓ ਵੇਖ ਕੇ ਹਟੇ ਜੇ ਅਤੇ ਤੁਹਾਨੂੰ ਇਹ ਕਿਵੇਂ ਦੀ ਲੱਗੀ ਕਮੈਂਟ ਕਰਕੇ ਲਾਈਕ ਕਰਕੇ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਤੁਹਾਡਾ